सब तो पहला तुहाडियां जिहड़ियां सोशल मीडिया उपर बड़ियां वीडियो वायरल होईयां जदों तुसीं दलजीत दोसांझ नूं मिल गए स्टेज दे उपर चढ़े तां दलजीत ने तुहानूं जिहड़ा कुट के जफ्फी पाई। ਮੰਮਾ ਨੇ ਮੈਨੂੰ ਬਹੁਤ ਸੋਹਣੇ ਉਹ ਕੱਪੜੇ ਪਵਾ ਕੇ ਲੈ ਕੇ ਗਏ ਸੀ। ਪਰ ਅਸੀਂ ਤਾਂ ਸਾਰਿਆਂ ਨੂੰ ਪਿਆਰ ਕਰਦੇ ਹਾਂ। ਅੱਜ ਮੈਂ ਫਿਰ ਇਸ ਸਟੇਜ ਤੋਂ ਇਹੀ ਸੰਦੇਸ਼ ਦਿੰਦਾ ਕਿ ਅਸੀਂ ਪੰਜਾਬੀ ਸਾਰਿਆਂ ਨੂੰ ਪਿਆਰ ਕਰਦੇ ਹਾਂ। ਤੁਸੀਂ ਸਟੇਜ ਦੇ ਉੱਪਰ ਭੰਗੜਾ ਵੀ ਪਾਇਆ, ਉਹ ਭੰਗੜਾ ਤੁਸੀਂ ਸਿੱਖਿਆ ਸੀ ਜਾਂ ਫਿਰ ਤੁਸੀਂ ਜਿਹੜਾ ਤੇ ਜਿਹੜਾ ਭੰਗੜਾ ਪੈ ਗਿਆ? ਵੈਸੇ ਅਸੀਂ ਭੰਗੜਾ ਕਲਾਸ ਦੇ ਵਿੱਚ ਜਾਂਦੇ ਹਾਂ, ਪਰ ਜਿਹੜਾ ਉੱਥੇ ਮੈਂ ਭੰਗੜਾ ਪਾਇਆ ਸੀਗਾ ਉਹ ਸਾਰਾ ਮੈਂ ਉੱਥੇ ਹੀ ਸੋਚਿਆ ਸੀਗਾ ਤੇ ਉੱਥੇ ਹੀ ਆਮ ਸਟੈਪ ਕਰੀ ਗਿਆ ਜਿਹੜੇ ਮੈਨੂੰ ਦਿਮਾਗ ਚਾਹੁੰਦੇ ਸੀ। ਪੱਗ ਦਾ ਕਰਕੇ ਬਾਜ਼ੀ ਨੂੰ ਅਟਰੈਕਸ਼ਨ ਹੋ ਗਈ ਕਿਉਂਕਿ ਕੋਈ ਵੀ ਬੱਚਾ ਇੰਨੀ ਕਰਾਊਡ ਦੇ ਵਿੱਚ ਇਸ ਤਰ੍ਹਾਂ ਤਿਆਰ ਨਹੀਂ ਸੀ ਹੋ ਕੇ ਆਇਆ। ਹਰ ਹਫ਼ਤੇ ਇੱਕ ਦਿਨ ਪੰਜਾਬੀ ਸਕੂਲ ਵੀ ਜਾਂਦੇ ਹਾਂ ਤੇ ਅਸੀਂ ਉੱਥੇ ਆਪ ਪੜ੍ਹਨੀ ਤੇ ਲਿਖਣੀ ਪੰਜਾਬੀ ਸਿੱਖਦੇ ਹਾਂ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਆਓ ਗੱਲਾਂ ਕਰੀਏ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖੁੱਲ੍ਹ ਕੇ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ, ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਵਿਸ਼ੇਸ਼ ਤੌਰ ਤੇ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਜਿਹੜਾ ਲਗਾਤਾਰ ਦੇਖ ਰਹੇ ਹੋ ਇੰਡੀਆ ਦੇ ਵਿੱਚ ਦਲਜੀਤ ਦੋਸਾਂਝ ਦਾ ਜਿਹੜਾ ਸ਼ੋਅ ਹੋਇਆ ਸੀ ਜਿਹਦੇ ਵਿੱਚ ਖਾਸ ਤੌਰ ਤੇ ਉਸ ਬੱਚੇ ਨੂੰ ਜਿਹੜਾ ਹੈ ਦਲਜੀਤ ਦੋਸਾਂਝ ਵੱਲੋਂ ਕੁੱਟ ਕੇ ਜਫੀ ਪਾਈ ਗਈ ਸੀ। ਪਰ ਜਿਹੜੀਆਂ ਵੀਡੀਓ ਨੇ ਉਹ ਸੋਸ਼ਲ ਮੀਡੀਆ ਉੱਪਰ ਲਗਾਤਾਰ ਵਾਇਰਲ ਹੋ ਰਹੀਆਂ ਸਨ। ਸੋ ਅਸੀਂ ਅੱਜ ਉਸ ਸ਼ਖਸ ਦੇ ਨਾਲ ਗੱਲਬਾਤ ਕਰਾਵਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਹੋਰ ਠੀਕ ਹੋ ਜੀ? ਸਿਹਤਾਂ ਠੀਕ ਨੇ ਜੀ? ਹਾਂਜੀ ਹਾਂਜੀ ਵਧੀਆ, ਤੁਸੀਂ ਦੱਸੋ। ਸਭ ਤੋਂ ਪਹਿਲਾਂ ਦੱਸਿਆ ਮੈਂ ਤੁਸੀਂ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ, ਤੁਹਾਡਾ ਨਾਮ ਕੀ ਹੈ ਪੂਰਾ? ਮੇਰਾ ਨਾਮ ਐਸ਼ਮਨ ਸਿੰਘ ਸਿੱਧੂ ਆ ਤੇ ਅਸੀਂ ਮੈਲਬਨ ਦੇ ਵਿੱਚ ਰਹਿੰਦੇ ਹਾਂ। ਮੈਲਬਨ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ? ਕਲਾਈਡ ਦੇ ਵਿੱਚ ਰਹਿੰਦੇ ਹਾਂ। ਠੀਕ ਹੈ ਜੀ। ਅੱਛਾ, ਤੇ ਸਭ ਤੋਂ ਪਹਿਲਾਂ ਤੁਹਾਡੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਬੜੀਆਂ ਵੀਡੀਓ ਵਾਇਰਲ ਹੋਈਆਂ ਜਦੋਂ ਤੁਸੀਂ ਦਲਜੀਤ ਦੋਸਾਂਝ ਨੂੰ ਮਿਲਣਗੇ ਸਟੇਜ ਦੇ ਉੱਪਰ ਚੜ੍ਹੇ ਤਾਂ ਦਲਜੀਤ ਨੇ ਤੁਹਾਨੂੰ ਜਿਹੜਾ ਕੁੱਟ ਕੇ ਜਫੀ ਪਾਈ, ਤਾਂ ਕਿਵੇਂ ਤੁਸੀਂ ਮਿਲੇ, ਕਿਵੇਂ ਸਬੱਬ ਬਣਿਆ ਉਹ? ਸੋ ਅਸੀਂ ਉਹ ਹੀ ਅੱਗੇ ਮੰਮਾ ਨੇ ਸਾਨੂੰ ਜਮਾਂ ਅੱਗੇ ਦੀਆਂ ਸੀਟਾਂ ਲੈ ਕੇ ਦਿੱਤੀਆਂ ਸੀਗੀਆਂ ਤੇ ਮੇਰੇ ਇੱਕ ਸੋਹਣੀ ਜੀ ਡਰੈਸ ਪਾਈ ਵੀ ਸੀਗੀ ਭੰਗੜੇ ਵਾਲੀ ਤੇ ਫਰਲੇ ਵਾਲੀ ਪੱਗ ਸੀ ਤੇ ਪਿੱਛੇ ਕੁਰਤੇ ਦੇ ਬੋਰਡ ਟੂ ਸ਼ਾਈਨ ਵੀ ਲਿਖਿਆ ਹੋਇਆ ਸੀਗਾ ਤੇ ਉਹਨਾਂ ਨੇ ਬਸ ਇੱਕ ਭਾਈ ਨੂੰ ਇਸ਼ਾਰਾ ਕੀਤਾ ਸੀਗਾ ਮੇਰੇ ਵੱਲ ਤੇ ਫਿਰ ਚੱਕ ਕੇ ਲੈ ਗਏ ਤੇ ਉਹ ਤੋਂ ਬਾਅਦ ਬਸ ਸਟੇਜ ਤੇ ਆ ਗਿਆ ਮੈਂ। ਸ਼ੋਅ ਦੇ ਵਿੱਚ ਜਿਹੜਾ ਅਮੈਰੀਕਾ ਦੇ ਸ਼ੋਅ ਹੋਇਆ ਸੀ ਉਹਦੇ ਵਿੱਚ ਬਹੁਤ ਲੋਕ ਆਏ ਸੀ ਕਿਉਂਕਿ ਜਦੋਂ ਅਸੀਂ ਉਹ ਸ਼ੋਅ ਵੀ ਦੇਖਿਆ ਤਾਂ ਬੜਾ ਰਸ਼ ਸੀ, ਤਾਂ ਤੁਹਾਡੀ ਕਿਵੇਂ ਪਈ ਤਾਂ ਕਿਉਂਕਿ ਇੰਨੇ ਸ਼ੋਅ ਦੇ ਵਿੱਚ ਇੱਕ ਬੰਦੇ ਨਾਲ ਜੱਫੀ ਪਾਉਣਾ ਕਿਤੇ ਨਾ ਕਿਤੇ ਬਹੁਤ ਸੀ ਕਿਉਂਕਿ ਉਹਦੇ ਵਿੱਚ ਬਹੁਤ ਲੋਕ ਆ ਰਹੇ ਸੀ, ਸਰਦਾਰ ਵੀ ਬਹੁਤ ਸੀ, ਤੁਹਾਡੀ ਜਿਹੜੀ ਨਿਗਾਹ ਕਿਵੇਂ ਪਈ ਉੱਥੇ? ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਵੀ ਮੰਮਾ ਨੇ ਮੈਨੂੰ ਬਹੁਤ ਸੋਹਣੇ ਉਹ ਕੱਪੜੇ ਪਵਾ ਕੇ ਲੈ ਕੇ ਗਏ ਸੀ ਤੇ ਅਸੀਂ ਅੱਗੇ ਖੜੇ ਸੀਗੇ। ਬਿਲਕੁਲ, ਜਿਸ ਤਰ੍ਹਾਂ ਗੱਲ ਕੀਤੀ ਆ ਤੁਸੀਂ, ਐਸ਼ਮਨ ਜੀ ਕੀ ਕਰਦੇ ਹੋ, ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? ਮੈਂ 11 ਸਾਲਾਂ ਦਾ ਤੇ ਮੈਂ 5ਵੀਂ ਜਮਾਤ ਵਿੱਚ ਪੜ੍ਹਦਾ ਹਾਂ। ਅੱਛਾ, 5ਵੀਂ ਜਮਾਤ ਦੇ ਵਿੱਚ ਪੜ੍ਹਦੇ ਹੋ, ਠੀਕ ਹੈ। ਤੁਸੀਂ ਸਟੇਜ ਦੇ ਉੱਪਰ ਭੰਗੜਾ ਵੀ ਪਾਇਆ, ਉਹ ਭੰਗੜਾ ਤੁਸੀਂ ਸਿੱਖਿਆ ਸੀ ਜਾਂ ਫਿਰ ਤੁਸੀਂ ਜਿਹੜਾ ਤੇ ਜਿਹੜਾ ਭੰਗੜਾ ਪੈ ਗਿਆ? ਵੈਸੇ ਅਸੀਂ ਭੰਗੜਾ ਕਲਾਸ ਦੇ ਵਿੱਚ ਜਾਂਦੇ ਹਾਂ, ਪਰ ਜਿਹੜਾ ਉੱਥੇ ਮੈਂ ਭੰਗੜਾ ਪਾਇਆ ਸੀਗਾ ਉਹ ਸਾਰਾ ਮੈਂ ਉੱਥੇ ਹੀ ਸੋਚਿਆ ਸੀਗਾ ਤੇ ਉੱਥੇ ਹੀ ਆਮ ਸਟੈਪ ਕਰੀ ਗਿਆ ਜਿਹੜੇ ਮੈਨੂੰ ਦਿਮਾਗ ਚ ਆਉਂਦੇ ਸੀ। ਜਾਨੀ ਕਿ ਤੁਸੀਂ ਸਾਰਾ ਪਲਾਨ ਕਰਕੇ ਗਏ ਸੀ, ਪਲਾਨ ਕਰਨ ਤੋਂ ਬਾਅਦ ਜਿਹੜਾ ਸਟੇਜ ਦੇ ਉੱਪਰ ਵਿੱਚ ਤੁਸੀਂ ਉਹ ਸਾਰਾ ਜਿਹੜਾ ਪਰਫਾਰਮੈਂਸ ਕੀਤੀ ਹੈ ਉਸ ਤੋਂ ਬਾਅਦ, ਹੈ ਨਾ? ਨਹੀਂ, ਮੈਂ ਸਟੇਜ ਦੇ ਉੱਤੇ ਹੀ ਸਾਰੇ ਸਟੈਪ ਕਰ ਲਿਆ ਸੀਗਾ ਵੀ ਅਗਲਾ ਕਿਹੜਾ ਕਰਾਂ। ਪਲੈਨਿੰਗ ਕੋਈ ਨਹੀਂ ਸੀ, ਪਲੈਨਿੰਗ ਕੋਈ ਨਹੀਂ। ਹਾਂਜੀ, ਅੱਛਾ ਅੱਛਾ, ਪਲੈਨਿੰਗ ਕੋਈ ਨਹੀਂ ਹੈਗੀ ਸੀ ਇਹਦੀ, ਹੈ? ਨਹੀਂ ਨਹੀਂ, ਪਲੈਨਿੰਗ ਨਹੀਂ ਸੀ, ਬਸ ਤਿਆਰ ਹੀ ਇਸ ਤਰੀਕੇ ਨਾਲ ਹੋ ਕੇ ਗਿਆ ਸੀਗਾ ਤੇ ਇਹਦੀ ਪੱਗ ਜਿਹੜੀ ਟੁਰਲੇ ਵਾਲੀ ਬੰਨੀ ਸੀ ਸ਼ਾਇਦ ਪੱਗ ਦਾ ਕਰਕੇ ਬਾਜ਼ੀ ਨੂੰ ਅਟਰੈਕਸ਼ਨ ਹੋ ਗਈ ਕਿਉਂਕਿ ਕੋਈ ਵੀ ਬੱਚਾ ਇੰਨੀ ਕਰਾਊਡ ਦੇ ਵਿੱਚ ਇਸ ਤਰ੍ਹਾਂ ਤਿਆਰ ਨਹੀਂ ਸੀ ਹੋ ਕੇ ਆਇਆ, ਸ਼ਾਇਦ ਇਸ ਕਰਕੇ ਉਹਨਾਂ ਦੀ ਨਿਗਾਹ ਐਸ਼ਮਨ ਤੇ ਪੈ ਗਈ ਤੇ ਜਿਹੜਾ ਇਹਨਾਂ ਨੇ ਉੱਥੇ ਭੰਗੜਾ ਪਾਇਆ ਉਹ ਔਨ ਦਾ ਸਪੋਟ ਹੀ ਐਸ਼ਮਨ ਨੇ ਪਾਇਆ, ਮਤਲਬ ਏਦਾਂ ਕੋਈ ਤਿਆਰੀ ਨਹੀਂ ਸੀ ਕਰਕੇ ਗਿਆ। ਓਕੇ ਓਕੇ, ਐਸ਼ਮਨ ਜੀ ਦੀ ਗੱਲ ਕੀਤੀ ਆ, ਫਿਰ ਦਸਤਾਰ ਬੜੀ ਸੋਹਣੀ ਬੰਨੀ ਆ, ਤੁਸੀਂ ਇਹ ਦਸਤਾਰ ਸਿੱਖਦੇ ਹੋ ਜਾਂ ਫਿਰ ਦਲਜੀਤ ਦੋਸਾਂਝ ਤੋਂ ਜਿਹੜਾ ਦਸਤਾਰ ਬੰਨੀ ਹੈ?
मैं दलजीत भाजी ते सिद्धू मूसेवाला जी तो इंस्पिरेशन ली है। ते मैनू जो मैं छोटा हुंदा सी उदो मैनू नानी जी ने एक पग गिफ्ट कीती सी। ते उदो जो मैं बनी सी मम्मा कहिंदे सीगे भी बहुत सोहनी आ ते आप पूरी जिंदगी तू बन के रखनी आ पग। ते मैं फिर डैडी ने एक साल अब मेरे डैडी मेरे साल के पग बांधते सीगे और तो बाद मैं अब हौली हौली शौक मैनू बहुत पै गया ते हुण मैं आप ही पग बांध लूंगा। अच्छा नानी जी जी ने पहला दस्तार दी गई सी वो संभाल के रखी है कि नहीं अजे तक के नहीं हाँ रखी जी ओ मेरे को पई है हजे। मतलब हुणे आपे ही बन लैंदा। स्टार्टिंग दे विच ऐशमन ते डैडी इहदे पग बन्नया करदे सी ते हुण ते इहनूं मतलब जी बहुत टाइम हो गया इहनूं पग सिख लिया हुण मतलब पूरा इहनूं 1.5 जां 2 मिंट लगदे ने अपने आप ही पग बन लैंदा। ओके ऐशमन जी उम्मीद हैगी सी जिस तरह गल कीती जावे क्योंकि दलजीत दोसांझ नूं मिलना बड़ा औखा हो जांदा क्योंकि बहुत वड्डा नाम है उहनां दा। ਤੁਸੀਂ ਜਿਹੜਾ ਸਟੇਜ ਦੇ ਉੱਪਰ ਜਾ ਕੇ ਭੰਗੜਾ ਵੀ ਜਿਹੜਾ ਪਰਫਾਰਮ ਕੀਤਾ ਉਸ ਤੋਂ ਤੁਹਾਡੇ ਨਾਲ ਜੱਫੀ ਵੀ ਪਾਈ ਹੈ ਤਾਂ ਫਿਰ ਉਹ ਜਿਹੜਾ ਮਾਹੌਲ ਸੀ ਕਿੱਦਾਂ ਦਾ ਸੀ? ਉਮੀਦ ਹੈਗੀ ਸੀ ਵੀ ਮੈਂ ਦਲਜੀਤ ਨੂੰ ਮਿਲ ਪਾਊਂਗਾ? और नहीं मैं घरों बस एक अरदास करके गया सीगा कि दलजीत भाजी मेरे बल चापन ते जो आम अखा मलाइया थले खड़ा सीगा मैं ते मम्मा एक दूजे वाल झाकी गए ते असीं इतने खुश होए सीगे असीं बहुत ज्यादा खुश सी जो मेरे बल झाकिया सीगा। पर हम तां जो हो गया वो तो बहुत ज्यादा वधिया सीगा ते वो अज तक एक्सप्लेन ही नहीं। अक्सर ही कहा जाता है जो बंदा विदेशों में भी चला जाता है तो अपनी माँ बोली तो पंजाबी सभ्याचार भूल जाता है। जिस तरह तुम स्टेज के उपर जो चादर लगा पंजाबी कल्चर सभ्याचार के डांस किया दस्तार भी जो सजाई है प्योर जी पंजाबी भी तुम बोल लें हो विदेशों में भी जो बच्चे जाते हैं तो पंजाबी माँ बोली तो विसर जाते हैं सभ्याचार भूल जाते हैं तुम उस जो कायम रखे है फिर किस तरह की परिवार का पिछोकड़ इस तरह का या किवें है वह? असी हर हफ्ते एक दिन पंजाबी स्कूल भी जाने ते असी उत्थे पढ़नी ते लिखनी पंजाबी सीखते हाँ ते नाल नाल असी घरे कदे भी इंग्लिश नहीं बोलती असी हर बार पंजाबी ही बोलते हाँ ते नाल नाल भंगड़े दे विच भी गाने पंजाबी सुनते हैं ते उहदे नाल भी थोड़ा जिहा हो जाता है। ਕਿੰਨੇ ਕੁ ਜਿਹੜਾ ਗਾਣੇ ਤੁਸੀਂ ਭੰਗੜੇ ਦੇ ਉੱਪਰ ਕਰ ਚੁੱਕੇ ਹੋ ਜੇ ਗੱਲ ਕੀਤੀ ਜਾਵੇ ਜਾਂ ਫਿਰ ਕੱਲਾ ਦਲਜੀਤ ਦੋਸਾਂਝ ਦੇ ਉੱਪਰ ਹੀ ਗਾਣਾ ਕਰਦੇ ਹੋ ਜਾਂ ਉਹਨਾਂ ਦੇ ਉੱਪਰ ਹੀ ਭੰਗੜਾ ਕਰਦੇ ਹੋ? ਮੈਨੂੰ ਸਾਰੇ ਹੋਰ ਪਸੰਦ ਆ ਪਰ ਮੈਨੂੰ ਸਭ ਤੋਂ ਜ਼ਿਆਦਾ ਸਿੱਧੂ ਮੂਸੇਵਾਲਾ ਜੀ ਤੇ ਦਲਜੀਤ ਭਾਜੀ ਦੇ ਗਾਣੇ ਤੇ ਵਧੀਆ ਲੱਗਦਾ। ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੁਸੀਂ ਜਿਹੜਾ ਦਲਜੀਤ ਦੋਸਾਂਝ ਨੂੰ ਮਿਲੇ ਉਸ ਤੋਂ ਬਾਅਦ ਜਦੋਂ ਸਟੇਜ ਤੇ ਪਰਫਾਰਮ ਕਰਕੇ ਤੁਸੀਂ ਜਦੋਂ ਥੱਲੇ ਆਏ ਕਿਉਂਕਿ ਬਹੁਤ ਜਿਹੜੀ ਜਨਤਾ ਉੱਥੇ ਖੜੀ ਸੀ ਤਾਂ ਫਿਰ ਉਹਨਾਂ ਦਾ ਰਿਐਕਸ਼ਨ ਕੀ ਸੀ? ਉਹਨਾਂ ਨਾਲ ਵੀ ਜਿਹੜਾ ਫੋਟੋਆਂ ਖਿਚਾਈਆਂ ਕਿ ਨਹੀਂ? ਹਾਂਜੀ ਅਮਰ ਸਾਰੇ ਜਾਣੇ ਬਹੁਤ ਜ਼ਿਆਦਾ ਸਪੋਰਟਿਵ ਸੀਗੇ ਤੇ ਸਾਰੇ ਮੈਨੂੰ ਚੀਰਪ ਕਰ ਰਹੇ ਸੀਗੇ ਤੇ ਮੇਰੇ ਤਾਲੀਆਂ ਮਾਰ ਰਹੇ ਸੀ ਤੇ ਨਾਲ ਸਾਰਿਆਂ ਨੇ ਫੋਟੋਆਂ ਵੀ ਖਿਚਾਈਆਂ ਸੀਗੀਆਂ। ਤੇ ਹੁਣ ਪਲਾਨ ਕੀ ਹੈ ਤੁਹਾਡਾ? ਕੀ ਪਲਾਨ ਕੀ ਅੱਗੇ ਹੁਣ ਦਲਜੀਤ ਦੋਸਾਂਝ ਨੂੰ ਮਿਲਿਆ ਕਿਸੇ ਹੋਰ ਕਲਾਕਾਰਾਂ ਨੂੰ ਵੀ ਮਿਲਣ ਦਾ ਸ਼ੌਂਕ ਹੈਗਾ ਕੱਲੇ ਦਲਜੀਤ ਨਾਲ ਹੀ ਜਿਹੜਾ ਸ਼ੌਂਕ ਸੀ? ਮੈਨੂੰ ਸਾਰਿਆਂ ਨਾਲ ਹੀ ਸ਼ੌਂਕ ਆ ਪਰ ਦਲਜੀਤ ਭਾਜੀ ਤਾਂ ਸਭ ਤੋਂ ਵਧੀਆ ਲੱਗਦੇ ਨੇ ਮੈਨੂੰ ਤੇ ਸਿੱਧੂ ਮੂਸੇਵਾਲਾ ਜੀ। ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ ਤੁਸੀਂ ਹੈ ਨਾ ਕਿਉਂਕਿ ਤੁਹਾਨੂੰ ਪਤਾ ਨਾ ਸਿੱਧੂ ਮੂਸੇਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਦੋਂ ਸਿੱਧੂ ਮੂਸੇਵਾਲਾ ਦੀ ਜਿਹੜੀ ਹੈ ਖਬਰ ਆਈ ਸੀ ਤਾਂ ਤੁਹਾਨੂੰ ਕਿਵੇਂ ਪਤਾ ਲੱਗੀ ਸੀ ਤੁਹਾਡੇ ਫਿਰ ਮਨ ਨੂੰ ਕਿਵੇਂ ਹੋਇਆ ਸੀ? ਉਦੋਂ ਮੈਂ ਬਹੁਤ ਜ਼ਿਆਦਾ ਅਪਸੈਟ ਹੋਇਆ ਸੀਗਾ ਤੇ ਮੈਨੂੰ ਮੰਮਾ ਨੇ ਦੱਸਿਆ ਸੀਗਾ ਤੇ ਉਦੋਂ ਮੈਂ ਬਹੁਤ ਜ਼ਿਆਦਾ ਅਪਸੈਟ ਸੀਗਾ। ਤੇ ਅੱਗੇ ਦਾ ਫਿਊਚਰ ਪਲਾਨ ਕੀ ਹੈ ਤੁਹਾਡਾ ਕਿ ਤੁਸੀਂ ਭੰਗੜਾ ਸਿਖਾਉਣਾ ਹੈ ਜਾਂ ਫਿਰ ਦਲਜੀਤ ਦੋਸਾਂਝ ਨਾਲ ਗਾਣੇ ਕਰਨੇ ਜਾਂ ਐਕਟਿੰਗ ਕਰਨੀ ਹੈ ਕੀ ਪਲਾਨ ਕੀ ਹੈ ਤੁਹਾਡਾ ਹੁਣ? ਸਾਰਾ ਕੁਛ ਹੀ ਕਰਨਾ ਚਾਹੁੰਦਾ ਹਾਂ ਮੈਂ ਭੰਗੜਾ ਕੋਚ ਵੀ ਬਣਨਾਗਾ ਤੇ ਨਾਲ ਨਾਲ ਮੈਂ ਹੁਣ ਸਿੰਗਿੰਗ ਵੀ ਕਲਾਸਿਸ ਵੀ ਸ਼ੁਰੂ ਕੀਤੀਆਂ ਨੇ ਆਪ 2 ਮਹੀਨੇ ਹੋ ਗਏ ਤੇ ਆਪ ਨਾਲ ਇੱਕ ਮੈਂ ਛੋਟਾ ਜਿਹਾ ਰੋਲ ਮੈਨੂੰ ਮੂਵੀ 'ਚ ਵੀ ਮਿਲਿਆ ਸੀਗਾ ਮਿਸਟਰ ਸ਼ਿਵਾਈ ਉਹ ਆਪ 2 ਮਹੀਨਿਆਂ 'ਚ ਆਊਗੀ ਆਪ ਤੇ ਮੈਂ ਐਕਟਿੰਗ ਵੀ ਕਰਨੀ ਚਾਹੁੰਦਾ ਹਾਂ। ਦਲਜੀਤ ਦੋਸਾਂਝ ਤੋਂ ਮਿਲਣ ਤੋਂ ਬਾਅਦ ਕੋਈ ਕਿਸੇ ਕਲਾਕਾਰਾਂ ਦੀ ਆਫਰ ਵਗੈਰਾ ਆਈ ਹੈ ਵੀ ਹਾਂ ਵੀ ਅੱਜ ਤੁਹਾਡੇ ਨਾਲ ਅਸੀਂ ਫਿਲਮ ਕਰਨੀ ਹੈ ਜਾਂ ਅਸੀਂ ਤੁਹਾਡੇ ਨਾਲ ਗਾਣਾ ਕਰਨਾ ਹੈ ਕੋਈ ਆਫਰ ਵਗੈਰਾ ਆਈ ਹੈ ਕਿਸੇ ਕਲਾਕਾਰ ਦੀ ਕਿ ਨਹੀਂ? ਹਜੇ ਨਹੀਂ। ਉਸ ਤੋਂ ਬਾਅਦ ਇੱਕ ਸ਼ੋਅ ਹੋਰ ਵੀ ਸੀ ਉਹਨਾਂ ਦਾ ਉੱਥੇ ਉਹਨਾਂ ਨੂੰ ਕਿਹੜੀ ਜਗ੍ਹਾ ਤੇ ਉਸ ਤੋਂ ਬਾਅਦ ਉੱਥੇ ਵੀ ਨਾ
ਆਸਟ੍ਰੇਲੀਆ ਦੇ ਵਿੱਚ ਹੋਰ ਵੀ ਸ਼ੋਅ ਹੋਏ ਸੀ ਉਹਨਾਂ ਦੇ, ਉੱਥੇ ਵੀ ਗਿਓ ਮਿਲਣ ਵਾਸਤੇ ਕਿ ਨਹੀਂ? ਹਾਂ ਜੀ, ਅਸੀਂ ਇੱਕ ਫੁੱਲ ਥੈਂਕ ਯੂ ਕਰਨ ਲਈ ਹੀ ਬ੍ਰਿਸਬਨ ਦੀਆਂ ਟਿਕਟਾਂ ਲੈਗੀਆਂ ਸੀਗੀਆਂ, ਤੇ ਅਸੀਂ ਫਿਰ ਬ੍ਰਿਸਬਨ ਓਕੇ ਕੱਲ ਹੀ ਵਾਪਸ ਆਏ ਹਾਂ। ਅਸੀਂ ਬ੍ਰਿਸਬਨ ਸ਼ੋਅ 'ਚ ਵੀ ਗਏ ਸੀਗੇ ਉਹਨਾਂ ਦਾ ਅਸੀਂ ਫੁੱਲ ਥੈਂਕ ਯੂ ਕਰਨ, ਕਿਉਂਕਿ ਸਾਨੂੰ ਇੰਨਾ ਵੱਡਾ ਮੌਕਾ ਮਿਲਿਆ ਸੀਗਾ ਤੇ ਹਜੇ ਤੱਕ ਐਕਸਪ੍ਰੈਸ ਹੀ ਨਹੀਂ ਕਰ ਸਕਦੇ ਕਿ ਅਸੀਂ ਕਿੰਨੇ ਜ਼ਿਆਦਾ ਥੈਂਕਫੁਲ ਤੇ ਖੁਸ਼ ਹਾਂ। ਦਲਜੀਤ ਸੰਜਾਨ ਨਾਲ ਮੁਲਾਕਾਤ ਹੋਈ ਹੈ ਕਿ ਨਹੀਂ ਹੋਈ? ਦਲਜੀਤ ਨਾਲ ਮੁਲਾਕਾਤ ਹੋਈ ਹੈ ਤੁਹਾਡੀ ਕਿ ਨਹੀਂ? ਕਿ ਜਿਸ ਚੇਟ ਅਪ ਹੋਈ ਉਹੀ ਚਾਦਰੇ ਵਾਲਾ ਮੁੰਡਾ ਹੋਈ ਹੈ ਤੇ ਦੁਬਾਰਾ ਫੇਰ ਆ ਗਿਆ? ਬਹੁਤ ਵਧੀਆ ਸੀਗਾ, ਉਹਨਾਂ ਨੇ ਵੇਖ ਲਿਆ ਸੀਗਾ। ਹਾਂਜੀ, ਉਹਨਾਂ ਨੇ ਮੈਨੂੰ ਇੱਕ ਵਾਰ ਦੇਖਿਆ ਸੀਗਾ ਤੇ ਮੈਨੂੰ ਸਮਾਈਲ ਕੀਤੀ ਸੀ ਤੇ ਮੈਨੂੰ ਇੱਕ ਫਲਾਈ ਕਿਸ ਕੀਤੀ ਸੀ। ਓਕੇ ਮਾਤਾ ਜੀ, ਤੁਹਾਡੇ ਤੋਂ ਗੱਲ ਕਰਦੇ ਹਾਂ ਜੀ, ਆਪਾਂ ਜਿਸ ਤਰ੍ਹਾਂ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ, ਜਿਸ ਅਸੀਂ ਅਕਸਰ ਹੀ ਆਪਾਂ ਦੇਖਦੇ ਹਾਂ ਜਦੋਂ ਕੋਈ ਵਿਦੇਸ਼ਾਂ ਦੇ ਵਿੱਚ ਚਲਾ ਜਾਂਦਾ ਤਾਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ, ਪੰਜਾਬੀ ਸੱਭਿਆਚਾਰ ਨੂੰ ਭੁੱਲ ਜਾਂਦਾ ਹੈ। ਤੁਸੀਂ ਜਿਹੜਾ ਪੰਜਾਬੀ ਸੱਭਿਆਚਾਰ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਜੋੜ ਕੇ ਰੱਖਿਆ ਹੋਇਆ, ਇਹ ਕਿਸ ਤਰ੍ਹਾਂ ਕੀ ਪਰਿਵਾਰ ਦਾ ਪਿਛੋਕੜ ਸੀ ਜਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਜੋੜ ਕੇ ਰੱਖਿਆ? ਹਾਂਜੀ, ਮੈਂ ਨਾ ਕਈ ਫੈਮਿਲੀਜ਼ ਦੇ ਵਿੱਚ ਵੇਖਿਆ ਸੀਗਾ, ਜਦੋਂ ਪੇਰੈਂਟਸ ਮਤਲਬ ਗ੍ਰੈਂਡ ਪੇਰੈਂਟਸ ਆਉਂਦੇ ਨੇ ਬੱਚਿਆਂ ਦੇ, ਦਾਦਾ ਦਾਦੀ ਜੀ ਜਾਂ ਨਾਨਾ ਨਾਨੀ ਜੀ, ਕਈ ਬੱਚਿਆਂ ਨੂੰ ਨਾ ਬਹੁਤ ਪ੍ਰੋਬਲਮ ਆਉਂਦੀ ਸੀ ਪੰਜਾਬੀ 'ਚ ਗੱਲ ਨਹੀਂ ਕਰਦੇ ਨਿਆਣੇ, ਤੇ ਉਹ ਬਜ਼ੁਰਗ ਥੋੜ੍ਹਾ ਟਾਈਮ ਰਹਿ ਕੇ ਇੰਡੀਆ ਵਾਪਸ ਚਲੇ ਜਾਂਦੇ ਆ, ਕਿਉਂਕਿ ਉਹਨਾਂ ਦਾ ਵੀ ਦਿਲ ਨਹੀਂ ਕਰ ਲੱਗਦਾ ਹੈਗਾ ਇੱਥੇ, ਕਿਉਂਕਿ ਜਦੋਂ ਬੱਚਿਆਂ ਨਾਲ ਪੰਜਾਬੀ 'ਚ ਗੱਲਬਾਤ ਹੀ ਨਹੀਂ ਹੁੰਦੀ। ਸੋ ਮੇਰੇ ਫਰੈਂਡ ਸਰਕਲ ਦੇ ਵਿੱਚ ਹੀ ਮੈਂ ਇਹ ਐਕਸਪੀਰੀਅੰਸ ਮੈਨੂੰ ਹੋਇਆ, ਤੇ ਮੈਨੂੰ ਉਹਦੀ ਮਤਲਬ ਰੀਅਲਾਈਜ਼ ਹੋ ਗਿਆ ਸੀ ਕਿ ਬੱਚਿਆਂ ਨੂੰ ਮਤਲਬ ਇਹਨਾਂ ਨੇ ਇੰਗਲਿਸ਼ ਤੇ ਓਬਵੀਅਸਲੀ ਇਹ ਜਦੋਂ ਇੱਥੋਂ ਦੀ ਸਕੂਲਿੰਗ ਹੋਣੀ ਹੈ ਇੰਗਲਿਸ਼ ਤਾਂ ਇਹਨਾਂ ਨੇ ਸਿੱਖ ਹੀ ਜਾਣੀ ਆ, ਤੇ ਸਾਡਾ ਮੇਨ ਮੋਟਿਵ ਪੰਜਾਬੀ ਸਿਖਾਉਣਾ ਹੀ ਇਹਨਾਂ ਨੂੰ ਹੋਣਾ ਚਾਹੀਦਾ, ਸਾਡੀਆਂ ਜੜ੍ਹਾਂ ਦੇ ਨਾਲ ਇਹਨਾਂ ਨੂੰ ਜੋੜ ਕੇ ਰੱਖਣਾ ਚਾਹੀਦਾ ਸਾਨੂੰ, ਤਾਂ ਕਿ ਜਦੋਂ ਇੰਡੀਆ ਵੀ ਜਾਂਦੇ ਨੇ ਰਿਸ਼ਤੇਦਾਰਾਂ ਦੇ ਨਾਲ ਵੀ ਇਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਨੇ, ਹੈ ਨਾ, ਤੇ ਪੇਰੈਂਟਸ ਸਾਡੇ ਪੇਰੈਂਟਸ ਇੱਥੇ ਆਉਂਦੇ ਨੇ ਫਿਰ ਹੀ ਉਹ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਨੇ, ਜੇ ਸਾਡੇ ਬੱਚਿਆਂ ਨੂੰ ਪੰਜਾਬੀ ਸਮਝ ਆਉਂਦੀ ਆ ਇਹ ਬੋਲ ਸਕਦੇ ਨੇ। ਸੋ ਇਸੇ ਕਰਕੇ ਘਰ ਦੇ ਵਿੱਚ ਪਹਿਲੇ ਦਿਨ ਤੋਂ ਹੀ ਇੱਦਾਂ ਦਾ ਮਾਹੌਲ ਅਸੀਂ ਬਣਾਇਆ ਕਿ ਅਸੀਂ ਕਦੇ ਇੰਗਲਿਸ਼ ਦੇ ਵਿੱਚ ਇਹਨਾਂ ਦੇ ਨਾਲ ਗੱਲ ਕੀਤੀ ਨਹੀਂ ਬਿਲਕੁਲ ਵੀ, ਤੇ ਜੇ ਇਹ ਬੋਲਦੇ ਵੀ ਆ ਥੋੜ੍ਹੀ ਬਹੁਤੀ ਤਾਂ ਇਹਨਾਂ ਨੂੰ ਨਾਲ ਦੀ ਨਾਲ ਅਸੀਂ ਟੋਕ ਦਿੰਦੇ ਹਾਂ ਕਿ ਪੰਜਾਬੀ 'ਚ ਗੱਲ ਕਰਨੀ ਆ। ਸੋ ਇਸ ਕਰਕੇ ਇਹਨਾਂ ਦਾ ਬੇਸ ਇੱਦਾਂ ਹੀ ਬਣ ਗਿਆ, ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਦੋਨੋਂ ਭੈਣ ਭਰਾ, ਤੇ ਇੱਦਾਂ ਦਾ ਹੀ ਘਰੇ ਮਾਹੌਲ ਹੈਗਾ, ਸਾਰਾ ਦਿਨ ਅਸੀਂ ਪੰਜਾਬੀ 'ਚ ਗੱਲਾਂ ਬਾਤਾਂ ਕਰਦੇ ਹਾਂ ਤੇ ਇਹਨਾਂ ਦੀ ਬਹੁਤ ਸੋਹਣੀ ਪੰਜਾਬੀ ਆ। ਅੱਛਾ, ਮੇਰਾ ਇੱਕ ਹੋਰ ਸਵਾਲ ਸੀ, ਅਕਸਰ ਹੀ ਆਪਾਂ ਦੇਖਦੇ ਹਾਂ ਜਦੋਂ ਬੱਚਿਆਂ ਨੂੰ ਆਪਾਂ ਇਸ ਕੰਮ ਦੇ ਵਿੱਚ ਪਾਉਂਦੇ ਹਾਂ ਤਾਂ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਨੇ ਮੈਸੇਜ ਆਉਣ ਲੱਗ ਜਾਂਦੇ ਨੇ ਵੀ ਹਾਂ ਤੁਸੀਂ ਕਿਹੜੇ ਬੱਚੇ ਨੂੰ ਕੰਮ ਲਗਾਤਾ। ਜਿਹੜਾ ਮੈਂ ਕਿਸੇ ਕਲਾਕਾਰ ਦਾ ਨਾਮ ਲਿਆ ਵੀ ਉਹ ਤਾਂ ਨਚਾਰ ਹੁੰਦੇ ਨੇ, ਉਹਨਾਂ ਦਾ ਕੰਮ ਹੁੰਦਾ ਹੈ ਵੀ ਹੋਰ ਕੰਮ ਦੇ ਵਿੱਚ ਪਾਓ ਜਿਹੜਾ ਬੱਚੇ ਦਾ ਬੇਸ ਬਣੇ, ਕਿ ਏਦਾਂ ਦਾ ਵੀ ਲੋਕਾਂ ਦੇ ਮੈਸੇਜ ਵੀ ਆਉਂਦੇ ਨੇ, ਉਹਨਾਂ ਬਾਰੇ ਖਾਸ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਇੱਦਾਂ ਦੀ ਸੋਚ ਵੀ ਹੈਗੀ ਆ, ਹਰ ਬੰਦੇ ਦਾ ਆਪਣਾ ਆਪਣਾ ਨਜ਼ਰੀਆ ਚੀਜ਼ਾਂ ਨੂੰ ਵੇਖਣ ਦਾ, ਸਾਨੂੰ ਖੁਦ ਨੂੰ ਵੀ ਇਹ ਐਕਸਪੀਰੀਅੰਸ ਆਲਰੇਡੀ ਹੈਗਾ ਹੋਇਆ ਆ, ਸਾਡੇ ਜਾਣ ਪਛਾਣ ਵਾਲੇ ਕਹਿ ਲਓ ਜਾਂ ਰਿਸ਼ਤੇਦਾਰ ਕਹਿ ਲਓ, ਮਤਲਬ ਹਰ ਬੰਦਾ ਇਹ ਸੋਚਦਾ ਕਿ ਮਤਲਬ ਕਿ ਕਿਹੜੇ ਚੱਕਰਾਂ 'ਚ ਪਏ ਹੋਏ ਨੇ, ਕਿੰਨਾ ਇਹ ਟਾਈਮ ਵੇਸਟ ਕਰਦੇ ਨੇ, ਭੰਗੜੇ ਤੋਂ ਬਿਨਾਂ ਇਹਨਾਂ ਕੋਲੇ ਹੋਰ ਕੋਈ ਕੰਮ ਹੀ ਨਹੀਂ ਹੈਗਾ। ਸੋ ਇਹ ਚੀਜ਼ਾਂ ਨੂੰ ਵੀ ਅਸੀਂ ਪੋਜ਼ਿਟਿਵਿਟੀ ਨਾਲ ਹੀ ਲੈਂਦੇ ਹਾਂ, ਹਰ ਬੰਦੇ ਦਾ ਆਪਣਾ ਪੁਆਇੰਟ ਆਫ ਵਿਊ ਹੁੰਦਾ ਚੀਜ਼ਾਂ ਨੂੰ ਵੇਖਣ ਦਾ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਬੱਚੇ ਦਾ ਕਿਹੜੀ ਚੀਜ਼ 'ਚ ਇੰਟਰਸਟ ਹੈਗਾ, ਤੇ ਮਾਂ ਬਾਪ ਨੂੰ ਓਬਵੀਅਸਲੀ ਆਪਣੇ ਬੱਚੇ ਦਾ ਸਾਥ ਦੇਣਾ ਚਾਹੀਦਾ, ਮੈਨੂੰ ਪਤਾ ਮੇਰੇ ਬੱਚਿਆਂ ਦੇ ਵਿੱਚ ਇਸ ਚੀਜ਼ ਦਾ ਇੰਟਰਸਟ ਹੈ, ਤੇ ਇਸ ਕਰਕੇ ਅਸੀਂ ਆਪਣੇ ਬੱਚਿਆਂ ਦਾ ਸਾਥ ਦਿੰਦੇ ਹਾਂ, ਤੇ ਜੋ ਬੰਦਾ ਜਿਹੜੇ ਤਰੀਕੇ ਨਾਲ ਸੋਚਦਾ ਉਹ ਉਹਨਾਂ ਦੀ ਆਪਣੀ ਪਰਸਨਲ ਸੋਚ ਹੁੰਦੀ ਆ, ਆਪਾਂ ਕਿਸੇ ਦਾ ਨਜ਼ਰੀਆ ਨਹੀਂ ਬਦਲ ਸਕਦੇ, ਹੈ ਨਾ। ਜ਼ਰੂਰੀ ਨਹੀਂ ਕਿ ਭੰਗੜਾ ਹੀ ਆ, ਕੋਈ ਵੀ ਐਕਟੀਵਿਟੀ ਲਾ ਲਓ, ਕੋਈ ਵੀ ਕਿੱਤਾ ਲਾ ਲਓ, ਜਦੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਬੱਚਾ ਇਸ ਕੰਮ 'ਚ ਜਾਣਾ ਚਾਹੁੰਦਾ, ਇਹ ਕੁਛ ਕਰਨਾ ਚਾਹੁੰਦਾ ਅੱਗੇ, ਇਹਦੇ 'ਚ ਇੰਨੀ ਕਾਬਲੀਅਤ ਹੈ, ਤੇ ਸਾਨੂੰ ਓਬਵੀਅਸਲੀ ਸਾਡੇ ਬੱਚਿਆਂ ਦਾ ਸਾਥ ਦੇਣਾ ਪੈਂਦਾ ਆ, ਤੇ ਅਸੀਂ ਵੀ ਇਸ ਤਰੀਕੇ ਦੇ ਨਾਲ ਹੀ ਬੱਚਿਆਂ ਦਾ ਸਾਥ ਦੇ ਰਹੇ ਹਾਂ, ਕਿਉਂਕਿ ਸਾਨੂੰ ਪਤਾ ਸਾਡੇ ਬੱਚੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸੀਰੀਅਸ ਤਰੀਕੇ ਨਾਲ ਲੈ ਰਹੇ ਨੇ, ਬਹੁਤ ਇਹਨਾਂ 'ਚ ਡੈਡੀਕੇਸ਼ਨ ਆ, ਬਹੁਤ ਹਾਰਡ ਵਰਕ ਕਰ ਰਹੇ ਨੇ, ਤੇ ਇਸ ਕਰਕੇ ਜ਼ਿਆਦਾ ਪਰਵਾਹ ਕਰੀ ਦੀ ਨਹੀਂ ਜਿਹੜੇ ਬੰਦੇ ਥੋੜ੍ਹਾ ਜਿਹਾ ਨੈਗੇਟਿਵ ਪੁਆਇੰਟ ਆਫ ਵਿਊ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ। ਪੜ੍ਹਾਈ ਵੱਲ ਵੀ ਹੈਗਾ ਇੰਟਰਸਟ ਕਿ ਨਹੀਂ, ਸਿਰਫ ਕਿਹੜਾ ਇੱਧਰ ਵੱਲ ਹੀ ਹੈ ਕਲਾਕਾਰ ਇਕੱਲੀ ਰੁਝਾਨ ਹੈ ਜਾਂ ਫਿਰ ਕੋਈ? ਨਹੀਂ, ਪੜ੍ਹਾਈ ਵੱਲ ਠੀਕ ਹੈ, ਇਹ ਨਹੀਂ ਕਹਿ ਸਕਦੇ ਕਿ ਕੋਈ ਬਹੁਤ ਜ਼ਿਆਦਾ ਟੌਪ ਲੈਵਲ ਤੇ ਆ ਜਾਂ, ਹੈ ਨਾ, ਕਿ ਠੀਕ ਹੈ ਐਵਰੇਜ ਆ ਕਲਾਸ ਦੇ ਵਿੱਚ, ਕੋਈ ਕਦੇ ਸਾਨੂੰ ਕੋਈ ਕੰਪਲੇਂਟ ਨਹੀਂ ਆਈ ਸਕੂਲ ਤੋਂ, ਕਦੇ ਕਿਸੇ ਟੀਚਰ ਦਾ ਕੋਈ ਕੰਸਰਨ ਨਹੀਂ ਹੈਗਾ ਕਿ ਐਸ਼ਮਨ ਨੂੰ ਥੋੜ੍ਹਾ ਜਿਹਾ ਮਤਲਬ ਤੁਸੀਂ ਜ਼ਿਆਦਾ ਪੜ੍ਹਾਈ ਨਾਲ ਇਹਦਾ ਅਟੈਚ ਕਰੋ ਕਿ ਇਹ ਜ਼ਿਆਦਾ ਧਿਆਨ ਨਹੀਂ ਦੇ ਰਿਹਾ, ਬਹੁਤ ਸੋਹਣੇ ਤਰੀਕੇ ਦੇ ਨਾਲ ਇਹਦੀ ਸਕੂਲਿੰਗ ਵੀ ਚੱਲ ਰਹੀ ਆ, ਇਸ ਕਰਕੇ ਸਾਨੂੰ ਮਤਲਬ ਇਹ ਤੋਂ ਵੀ ਕੋਈ ਕੰਪਲੇਂਟ ਨਹੀਂ ਹੈ, ਇਹਨੇ ਬੜੇ ਸੋਹਣੇ ਤਰੀਕੇ ਨਾਲ ਬੈਲੈਂਸ ਬਣਾਇਆ ਹੋਇਆ
ਤੇ ਇਹਨੂੰ ਖੁਦ ਅਸੀਂ ਕਹਿੰਨੇ ਵੀ ਆ ਕਿ ਇਹ ਨਹੀਂ ਹੈਗਾ ਕਿ ਕੱਲੇ ਭੰਗੜੇ ਦੇ ਚੱਕਰ ਦੇ ਵਿੱਚ ਜਾਂ ਤੇ ਮਿਊਜ਼ਿਕ ਦੇ ਚੱਕਰ ਦੇ ਵਿੱਚ ਤੂੰ ਪੜ੍ਹਾਈ ਕਦੇ ਇਗਨੋਰ ਨਹੀਂ ਕਰਨੀ, ਉਹ ਵੀ ਤੇਰੀ ਪ੍ਰਾਇੋਰਿਟੀ ਹੋਣੀ ਚਾਹੀਦੀ ਆ। ਸੋ ਪ੍ਰਾਊਡ ਆ ਮੈਨੂੰ ਮੇਰੇ ਦੋਨਾਂ ਬੱਚਿਆਂ ਤੇ, ਪੜ੍ਹਾਈ ਦੇ ਨਾਲ ਨਾਲ ਇਹਨਾਂ ਨੇ ਆਪਣੀ ਐਕਟੀਵਿਟੀਜ਼ ਤੇ ਪੜ੍ਹਾਈ ਦੋਨਾਂ ਦਾ ਬੜੇ ਸੋਹਣੇ ਤਰੀਕੇ ਨਾਲ ਬੈਲੈਂਸ ਬਣਾਇਆ ਹੋਇਆ। ਦੂਸਰੇ ਬੱਚੇ ਦੀ ਗੱਲ ਕੀਤੀ ਜਾ ਰਹੀ, ਉਹ ਬੱਚੇ ਕੀ ਕਰਦੇ ਨੇ? ਜਿਹੜਾ ਦੂਸਰਾ ਬੱਚਾ, ਉਹ ਵੀ ਐਕਟੀਵਿਟੀ ਹੈਗੀ ਆ ਉਹਦੇ ਵਿੱਚ ਕਿ ਨਹੀਂ? ਅਪਲੋਡ ਕਰਦੇ ਰਹਿੰਦੇ ਨੇ ਤੇ ਦੋਨੋਂ ਹੀ ਅਕੈਡਮੀ ਜਾਂਦੇ ਨੇ ਤੇ ਦੋਨਾਂ ਦਾ ਹੀ ਬੜਾ ਸ਼ੌਂਕ ਆ ਪੰਜਾਬੀ ਕਲਚਰ ਦੇ ਵਿੱਚ, ਪੰਜਾਬੀ ਮਿਊਜ਼ਿਕ ਦੇ ਵਿੱਚ ਬੜੇ ਅਟੈਚ ਨੇ ਦੋਨੋਂ ਜਾਣੇ। ਅਸ਼ਵਿਨ ਦੀ ਗੱਲ ਕੀਤੀ ਜਾਵੇ, ਅਸ਼ਵਿਨ ਨੂੰ ਕਿਹੜਾ ਕਲਾਕਾਰ ਪਸੰਦ ਹੈ, ਕਿਹੜਾ ਕਲਾਕਾਰ ਨੂੰ ਜ਼ਿਆਦਾ ਫੋਲੋ ਕਰਦਾ? ਦਲਜੀਤ ਦੋਸਾਂਝ ਜੀ ਤੇ ਸਿੱਧੂ ਮੂਸੇਵਾਲਾ ਜੀ, ਵੈਸੇ ਮੈਨੂੰ ਸਾਰੇ ਪਸੰਦ ਆ, ਪਰ ਆ ਦੋ ਮੈਨੂੰ ਜ਼ਿਆਦਾ ਵਧੀਆ ਲੱਗਦੇ ਨੇ ਸਾਰਿਆਂ ਨਾਲੋਂ। ਬਿਲਕੁਲ, ਸਿੱਧੂ ਮੂਸੇਵਾਲਾ ਨਾਲ ਕਦੀ ਮੁਲਾਕਾਤ ਹੋਈ ਹੈ ਜਾਂ ਨਹੀਂ? ਕਬੰਦ ਦੀ ਇੱਛਾ ਹੈਗੀ ਸੀ ਮੁਲਾਕਾਤ ਕਰਨ ਦੀ? ਅਸੀਂ ਬਸ ਇੱਕ ਵਾਰ ਲਾਈਵ ਸ਼ੋਅ 'ਚ ਗਏ ਸੀਗੇ ਤੇ ਉਹਨਾਂ ਨੂੰ ਉੱਥੇ ਦੇਖਿਆ ਸੀਗਾ। ਠੀਕ ਹੈ, ਕਦੇ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੋਵੇ, ਕਿਉਂਕਿ ਉਹਦੀ ਹੁਣ ਤੈਨੂੰ ਪਤਾ ਨਾ ਦੁਨੀਆ ਦੇ ਵਿੱਚ ਨਹੀਂ ਰਹੇ, ਉਹਦੀ ਜਿਹੜੀ ਆ ਸਮਾਧ ਵੀ ਬਣ ਚੁੱਕੀ ਆ, ਉੱਥੇ ਜਿਹੜੇ ਲੋਕ ਨੇ ਉਹ ਨਤਮਸਤਕ ਹੋਣ ਵਾਸਤੇ ਜਾਂਦੇ ਨੇ, ਉਹਨਾਂ ਦਾ ਜਿਹੜਾ ਪਿਆਰ ਆ ਉਹ ਲੈਣ ਵਾਸਤੇ ਜਾਂਦੇ ਨੇ। ਤੁਸੀਂ ਵੀ ਕਦੇ ਗਏ ਹੋ ਉੱਥੇ ਕਦੇ ਕਿ ਨਹੀਂ? ਹਾਂਜੀ, ਅਸੀਂ ਲਾਸਟ ਦਸੰਬਰ ਪਿਛਲੇ ਸਾਲ ਇੰਡੀਆ ਗਏ ਸੀਗੇ ਪੰਜਾਬ ਤੇ, ਅਸੀਂ ਉਹਨਾਂ ਦੇ ਮਾਂ ਬਾਪ ਨੂੰ ਮਿਲੇ ਸੀਗੇ ਤੇ ਹਾਂਜੀ ਅਸੀਂ ਘਰੇ ਵੀ ਗਏ ਸੀਗੇ ਉਹਨਾਂ ਦੇ। ਓਕੇ, ਤੇ ਹੁਣ ਜਦੋਂ ਜਦੋਂ ਤੁਸੀਂ ਦਲਜੀਤ ਦੋਸਾਂਝ ਨੂੰ ਮਿਲੇ ਸੀ ਤਾਂ ਉਸ ਤੋਂ ਇੰਡੀਆ 'ਚ ਫੋਨ ਆਏ ਕਿ ਬਾਹਰਲੇ ਕੰਟਰੀਆਂ ਤੋਂ ਵੀ ਬਹੁਤ ਫੋਨ ਆ ਰਹੇ ਹੋਣੇ, ਤੁਹਾਨੂੰ ਵਧਾਈਆਂ ਵੀ ਦਿੱਤੀਆਂ ਹੋਣੀਆਂ, ਕਿੱਦਾਂ ਕਿੱਦਾਂ ਫੋਨ ਆਏ ਸਭ ਤੋਂ ਪਹਿਲਾਂ? ਸਾਰਿਆਂ ਦੇ ਆ ਰਹੇ ਸੀਗੇ ਪਰ ਮੇਰੇ ਡੈਡੀ ਆ ਨਹੀਂ ਸੀ ਸਕਦੇ ਕਈ ਅਪੁਆਇੰਟਮੈਂਟਸ ਕਰਕੇ, ਡੈਡੀ ਬਹੁਤ ਜ਼ਿਆਦਾ ਖੁਸ਼ ਹੋ ਰਹੇ ਸੀਗੇ ਤੇ ਡੈਡੀ ਦੇ ਵੀ ਬਹੁਤ ਕਾਲਾਂ ਆਈਆਂ ਸੀਗੀਆਂ, ਘਰੇ ਬੈਠੇ ਦੇਖ ਰਹੇ ਸੀਗੇ, ਫਿਰ ਜਦੋਂ ਘਰੇ ਆਏ ਸੀ। ਪਰਿਵਾਰ ਸਾਰਾ ਖੁਸ਼ ਆ, ਮਤਲਬ ਹਨਾ ਵੀ ਹਾਂ ਸਾਡਾ ਬੱਚਾ ਜਿਹੜਾ ਹੁਣ ਬੁਲੰਦੀਆਂ ਤੇ ਹੌਲੀ ਹੌਲੀ ਜਾ ਰਿਹਾ ਵੀ ਆਪਣਾ ਮੁਕਾਮ ਹਾਸਲ ਕਰੂਗਾ ਜਲਦੀ, ਹਨਾ? ਹਾਂਜੀ, ਸਾਰੇ ਜਣੇ ਬਹੁਤ ਖੁਸ਼ ਨੇ। ਤੇ ਜਾਂਦੇ ਜਾਂਦੇ ਵਾਲੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਤੌਰ ਤੇ ਸਾਡੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦੇ ਰਾਹੀਂ? ਕਿ ਸਾਰੇ ਜਾਣੇ ਪੰਜਾਬੀ ਮਾਂ ਬੋਲੀ ਨਾਲ ਜੁੜੋ ਤੇ ਪੱਗਾਂ ਬੰਨੋ, ਕਿਉਂਕਿ ਇਹ ਸਾਡੀ ਕੌਮ ਦੀ ਆਈਡੈਂਟੀਟੀ ਆ ਤੇ ਸਾਰੇ ਬਸ ਪੰਜਾਬੀ ਬੋਲੋ ਤੇ ਸਿੱਖੋ। ਮਾਤਾ ਜੀ, ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਤੌਰ ਤੇ, ਕਿਉਂਕਿ ਅੱਜ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੇ ਉੱਪਰ ਜਿਹੜਾ ਸਟ੍ਰੈਸ ਬਹੁਤ ਹੈ, ਕਿਉਂਕਿ ਤੁਸੀਂ ਲਗਾਤਾਰ ਜਿਹੜਾ ਦੇਖਿਆ ਨਾ ਬੱਚਿਆਂ ਦੇ ਉੱਪਰ ਜਿਹੜਾ ਬੋਝ ਬਹੁਤ ਹੁੰਦਾ ਤੇ ਬੱਚੇ ਜਿਹੜੇ ਨੇ ਉਹ ਕੁਛ ਕਰ ਨਹੀਂ ਪਾਉਂਦੇ, ਤੁਸੀਂ ਜਿਹੜਾ ਆਪਣੇ ਬੱਚੇ ਨੂੰ ਇਸ ਮੁਕਾਮ ਤੇ ਲੈ ਕੇ ਜਾ ਰਹੇ ਹੋ ਜਿਹੜਾ ਹੌਲੀ ਹੌਲੀ ਜਿਹੜਾ ਹਾਸਲ ਹੋ ਜਾਵੇਗਾ, ਉਹਨਾਂ ਨੂੰ ਖਾਸ ਤੌਰ ਤੇ ਕੀ ਮੈਸੇਜ ਦੇਣਾ ਚਾਹੁੰਦੇ? ਕਿਸੇ ਵੀ ਮੁਕਾਮ ਤੇ ਲੈ ਕੇ ਜਾਣਾ ਇੰਨਾ ਸੌਖਾ ਨਹੀਂ ਹੁੰਦਾ, ਤੁਹਾਡੇ ਬੱਚੇ ਦੇ ਡ੍ਰੀਮ ਪੂਰੇ ਹੋਣ, ਓਬਵੀਅਸਲੀ ਹਰ ਮਾਂ ਬਾਪ ਚਾਹੁੰਦਾ ਕਿ ਸਾਡੇ ਬੱਚੇ ਦਾ ਜੋ ਵੀ ਸੁਪਨਾ ਉਹ ਪੂਰਾ ਹੋਵੇ, ਬਟ ਉਹਦੇ ਲਈ ਸਾਨੂੰ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਆ। ਐਸ਼ਮਨ ਨੂੰ ਤੇ ਜੈਸਮਨ ਨੂੰ ਦੋਨਾਂ ਭੈਣ ਭਰਾਵਾਂ ਨੂੰ ਲੱਗਿਆ ਨੂੰ ਮਤਲਬ 6 ਸਾਲ ਹੋ ਗਏ ਜਦੋਂ ਦਾ ਇਹ ਭੰਗੜਾ ਸਿੱਖ ਰਹੇ ਨੇ, ਤੇ ਅਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਉਹ ਮੇਨਟੇਨ ਕੀਤੀ ਹੋਈ ਹੈ ਚੀਜ਼, ਅਸੀਂ ਪੇਸ਼ੈਂਸ ਲੈ ਕੇ ਚੱਲ ਰਹੇ ਹਾਂ। ਜੇ ਇਹ ਸਾਡੀ 6 ਸਾਲ ਦੀ ਮਿਹਨਤ ਸੀ ਤਾਂ ਕਰਕੇ ਐਸ਼ਮਨ ਨੇ ਸਟੇਜ ਤੇ ਇੰਨਾ ਸੋਹਣਾ ਜਾ ਕੇ ਪਰਫਾਰਮ ਕੀਤਾ, ਇੰਨੇ ਸੋਹਣੇ ਤਰੀਕੇ ਦੇ ਨਾਲ, ਇੰਨੀ ਆਡੀਅੰਸ ਦੇ ਵਿੱਚ, ਇੰਨੇ ਉਹ ਕੌਨਫੀਡੈਂਸ ਦੇ ਨਾਲ ਸਟੇਜ ਹੈਂਡਲ ਕੀਤੀ, ਹੈ ਨਾ। ਸੋ ਇਸ ਕਰਕੇ ਪੇਸ਼ੈਂਸ ਬਹੁਤ ਜ਼ਰੂਰੀ ਆ, ਜੋ ਵੀ ਤੁਹਾਡਾ ਬੱਚਾ ਚਾਹੁੰਦਾ ਤੁਸੀਂ ਵੀ ਉਹਨਾਂ ਦਾ ਸਾਥ ਦਿਓ। ਤੇ ਇੱਥੇ ਬੈਠਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਵੱਧ ਤੋਂ ਵੱਧ ਜੋੜ ਕੇ ਰੱਖੋ, ਆਪਣੀਆਂ ਜੜ੍ਹਾਂ ਦੇ ਨਾਲ ਜੁੜ ਕੇ ਰਹੋ, ਤੇ ਪੱਗ ਤਾਂ ਸਾਡੀ ਸਰਦਾਰੀ ਆ, ਇਹੀ ਸਾਡੀ ਆਈਡੈਂਟੀਟੀ ਆ, ਤੇ ਇਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਹਾਂ। ਐਸ਼ਮਨ ਜੀ, ਜੇਕਰ ਮੌਕਾ ਮਿਲੇ ਫਿਲਮ ਦੇ ਵਿੱਚ ਰੋਲ ਕਰਨ ਦਾ ਤਾਂ ਫਿਰ ਕਿਹੜੇ ਕਲਾਕਾਰ ਨਾਲ ਰੋਲ ਕਰਨਾ ਚਾਹੁੰਦੇ ਹੋ ਤੁਸੀਂ? ਦਲਜੀਤ ਭਾਜੀ ਨਾਲ ਕਰਨਾ ਚਾਹੁੰਦਾਗਾ, ਪਰ ਕਿਸੇ ਨਾਲ ਵੀ ਮਿਲ ਜੇ ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹੋਊਂਗਾ। ਓਕੇ, ਠੀਕ ਹੈ, ਥੈਂਕ ਯੂ, ਧੰਨਵਾਦ ਜੀ ਸਾਡੇ ਸ਼ੋਅ ਤੇ ਵੀ ਜੁੜਨ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਮਰੀਕਾ ਦੇ ਵਿੱਚ ਸ਼ੋਅ ਹੋਇਆ ਸੀ ਦਲਜੀਤ ਦੋਸਾਂਝ ਦਾ, ਜਿਹਦੇ ਵਿੱਚ ਉਸ ਬੱਚੇ ਨੂੰ ਜਿਹੜਾ ਘੁੱਟ ਕੇ ਜੱਫੀ ਪਾਈ ਗਈ ਸੀ ਤੇ ਨਾਲ ਹੀ
ਭੰਗੜਾ ਪਾਇਆ ਗਿਆ ਸੀ। ਅਗਲੇ ਐਪੀਸੋਡ ਵਿੱਚ ਕਿਸੇ ਹੋਰ ਨਾਲ ਗੱਲਬਾਤ ਕਰਾਵਾਂਗੇ। ਮੈਨੂੰ ਦਿਓ ਇਜਾਜ਼ਤ। ਧੰਨਵਾਦ।